ਇੱਥੋਂ ਤੱਕ ਆ ਗਿਆ ਨਹਿਰੂ ਮਿੰਨਤਾਂ ਕਰਦਾ ਵੀ ਤੂੰ ਯਾਰ ਇੱਕ ਮਹੀਨਾ ਇੱਥੇ ਰਹਿ, 11 ਮਹੀਨੇ ਉੱਥੇ ਰਹੀ ਜਾ ਭਰਜਾਈ ਕੋਲ, ਤੂੰ ਹਿੰਦੁਸਤਾਨ ਛੱਡ ਕੇ ਨਾ ਜਾ। ਉਹਨੇ ਕਹਿੰਦਾ ਉਹ ਐਂ ਫੜੀ ਹੋਈ ਜਿਵੇਂ ਸਿਗਰਟਾਂ ਦੀ ਡੱਬੀ ਹੋਵੇ, ਪ੍ਰੀਤ ਲੜੀ ਐਂ ਕਰਕੇ ਫੜੀ ਹੋਈ। ਜਿਹੜਾ ਕੋਈ ਤੁਹਾਡੇ ਦੇ ਵਿੱਚੋਂ ਚੰਗਾ ਲਿਖਣ ਲੱਗ ਜੂਗਾ ਉਹਦਾ ਵਿਰੋਧ ਹੋਣਾ ਹੀ ਹੋਣਾ, ਇਹ ਸਮਝ ਲਿਓ। ਜੇ ਨਹੀਂ ਲਿਖਦੇ ਤੇ ਫਿਰ ਐਂ ਆਰਾਮ ਨਾਲ ਮਿੱਟੀ ਖਾਣੇ ਸੱਪ ਵਾਂਗੂ ਰਹੀ ਜਾਓ, ਕਿਸੇ ਨੇ ਨਹੀਂ ਪੁੱਛਣਾ, ਚੱਲੀ ਜਾਊਗਾ। ਮੈਂ ਤੇ ਕਦੇ ਇਹ ਗੱਲ ਸਾਡੇ ਮੰਨਣ 'ਚ ਹੀ ਨਹੀਂ ਆਈ, ਕਿਉਂਕਿ ਜਿਸ ਤਰ੍ਹਾਂ ਅਸੀਂ ਨਹਿਰੂ ਨਾਲ ਜੁੜੇ ਹੋਏ ਹਾਂ ਲੇਖਕ ਹੋਣ ਕਰਕੇ, ਪ੍ਰਧਾਨ ਮੰਤਰੀ ਹੋਣਾ ਤੇ ਅਲੱਗ ਗੱਲ ਆ। ਤੇ ਇਹ ਮੇਰੇ ਕੋਲ ਇਹ ਸੂਚਨਾ ਵੀ ਆ, ਉਹ ਮੈਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿ ਸ਼ਹੀਦ ਭਗਤ ਸਿੰਘ ਨੇ ਵੀ ਜਦੋਂ ਅਜੇ ਸ਼ਹੀਦ ਦਾ ਨਹੀਂ ਸੀ, ਕੋਈ ਇਹ ਤੇ ਨਹੀਂ ਸੀ ਵੀ ਪੱਕਾ ਅਸੀਂ ਸ਼ਹੀਦ ਹੀ ਹੋ ਜਾਣਾ, ਕੇਸ ਚੱਲ ਰਿਹਾ ਸੀ ਤੇ ਅੰਦਰ ਇਹ ਗੱਲ ਕੀਤੀ ਸੀ ਵੀ ਜੇ ਬਾਹਰ ਜਾ ਕੇ ਆਪਣੀ ਕਿਸੇ ਨਾਲ ਥੋੜੀ ਬਹੁਤੀ ਸੱਥਰੀ ਪੈ ਸਕਦੀ ਹੈ ਤਾਂ ਉਹ ਜਵਾਹਰ ਲਾਲ ਨਹਿਰੂ ਨਾਲ ਪੈ ਸਕਦੀ ਹੈ, ਉਹ ਸਿਆਣਾ ਬੰਦਾ। ਇਹ ਅੰਦਰ ਉੱਥੇ ਵੀ ਗੱਲ ਚੱਲੀ ਸੀ ਤੇ ਉਹ ਬਹੁਤ ਸਿਆਣੇ ਬੰਦੇ ਦੀ ਮੈਂ ਇੱਕ ਗੱਲ ਤੁਹਾਡੇ ਨਾਲ, ਤੁਸੀਂ ਪੜ੍ਹਿਆ ਸਾਰਿਆਂ ਨੇ ਜੋਸ਼ ਮਲੀਹਾਬਾਦੀ, ਸਾਡੇ ਵੱਡੇ ਸ਼ਾਇਰ ਹੋਏ ਨੇ, ਮਲੀਹਾਬਾਦ ਦੇ ਅੰਬ ਵੀ ਮਸ਼ਹੂਰ ਨੇ, ਤੇ ਜੋਸ਼ ਹੁਣੀ 47 'ਚ ਪਾਕਿਸਤਾਨ ਨਹੀਂ ਗਏ, ਉਹ ਇੱਥੇ ਰਹਿ ਪਏ। ਉਸ ਤੋਂ ਬਾਅਦ ਉਹਨਾਂ ਨੂੰ ਮਹਿਸੂਸ ਹੋਇਆ ਕਿ ਨਹੀਂ ਇੱਥੇ ਠੀਕ ਨਹੀਂ, ਅਸੀਂ ਮਤਲਬ ਜਿਹੜਾ ਨਾ ਹਿਫਾਜ਼ਤ ਨਹੀਂ ਹੋ ਰਹੀ, ਸੁਰੱਖਿਅਤ ਨਹੀਂ ਹੈਗੇ, ਤੇ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਪਾਕਿਸਤਾਨ ਚਲੇ ਜਾਣਾ ਸਮੇਤ ਪਰਿਵਾਰ। ਦਤੀਆ ਦਾ ਰਾਜਾ ਸੀ, ਹਿੰਦੂ ਰਾਜਾ ਸੀ, ਉਹ ਵੀ ਉਹਨਾਂ ਦਾ ਦੋਸਤ ਸੀ, ਉਹਨੂੰ ਮਿਲਣ ਗਏ ਤੇ ਉਹਨੂੰ ਦੱਸਤਾ ਅੰਦਰ ਬਹਿ ਕੇ, ਕਹਿੰਦੇ ਵੀ ਉਹਦਾ ਨਾਂ ਲੈ ਕੇ ਬੋਲਦੇ, ਕਹਿੰਦੇ ਮੈਂ ਨਾ ਪਾਕਿਸਤਾਨ ਚਲੇ ਜਾਣਾ। ਤੇ ਉਹ ਰਾਜੇ ਦਾ ਕਹਿੰਦੇ ਭਰਾ ਸੀ ਕੋਲੇ, ਉਹ ਕਹਿੰਦਾ ਵੀ ਆ ਕੁੰਡੀ ਲਾ ਜਰਾ ਅੰਦਰੋਂ ਲਾ ਲਈ, ਕਹਿੰਦਾ ਲਿਆ ਇਹਨੂੰ ਢਾ ਇੱਥੇ, ਤੇ ਕਹਿੰਦੇ ਜੋਸ਼ ਮਲੀਹਾਬਾਦੀ ਨੂੰ ਢਾ ਲਿਆ ਤੇ ਉਹਦੀ ਹਿੱਕ ਤੇ ਬਹਿ ਗਿਆ ਤੇ ਗਾਲਾਂ ਕੱਢੇ, ਕਹਿੰਦਾ ਦੱਸ ਜਾਏਗਾ ਪਾਕਿਸਤਾਨ, ਪਾਕਿਸਤਾਨ ਜਾਏਗਾ ਕਹਿੰਦਾ ਤੂੰ। ਉਹ ਕਹਿੰਦੇ ਉੱਥੋਂ ਬਹੁਤ ਹੱਥ ਹੁੱਥ ਬੰਨ ਕੇ ਉਹਦੇ ਕੋਲ, ਉਹ ਬਾਬਾ ਨਹੀਂ ਜਾਂਦਾ ਯਾਰ, ਮੈਨੂੰ ਛੱਡ ਦੇ, ਮੈਂ ਨਹੀਂ ਜਾਂਦਾ ਪਾਕਿਸਤਾਨ, ਮੈਂ ਇੱਥੇ ਹੀ ਰਹੂੰਗਾ। ਠੀਕ ਹੈ ਕਹਿੰਦਾ, ਪੱਕਿਆ ਨਾ ਪੱਕਾ। ਚਲੋ ਆਇਆ ਘਰੇ, ਫੇਰ ਉਹੀ ਮਾਹੌਲ ਸੀ, ਕਿਉਂਕਿ ਘਰ ਦਾ ਮਾਹੌਲ ਜਿਵੇਂ ਤੁਹਾਨੂੰ ਤੋੜਦਾ ਨਾ, ਬੱਚੇ ਵੀ ਘਰ ਵਾਲੀ ਵੀ ਉਹ ਡਰੇ ਹੋਏ ਸੀ। ਉਹਨੇ ਫੈਸਲਾ ਕਰ ਲਿਆ ਵੀ ਜਾਂਦੇ ਹਾਂ, ਤੇ ਜਾਂਦੇ ਜਾਂਦੇ ਜਵਾਹਰ ਨੂੰ ਤਾਂ ਮਿਲ ਕੇ ਜਾਣਾ, ਉਹਦੇ ਵਾਸਤੇ ਜਵਾਹਰ ਲਾਲ ਨਹਿਰੂ ਨਹੀਂ ਸੀ ਨਾ ਪ੍ਰਧਾਨ ਮੰਤਰੀ ਸੀ, ਜਵਾਹਰ ਸੀ, ਉਹ ਮਿਲਣ ਗਿਆ ਤੇ ਅਜੇ ਜਾ ਹੀ ਰਿਹਾ ਤੇ ਜਵਾਹਰ ਲਾਲ ਜਦੋਂ ਬਾਹਰੋਂ ਗੱਡੀ ਚੋਂ ਆ ਰਿਹਾ, ਉਹਨੇ ਦੇਖਿਆ ਵੀ ਜੋਸ਼, ਗੱਡੀ ਰੋਕੀ ਬਿਠਾ ਲਿਆ, ਕਹਿੰਦੇ ਹਾਂ ਜੋਸ਼ ਕੈਸੇ ਹੋ, ਉਹ ਕਹਿੰਦਾ ਜਵਾਹਰ ਮੈਂ ਪਾਕਿਸਤਾਨ ਜਾ ਰਿਹਾ। ਉਹ ਕਹਿੰਦਾ ਯਾਰ ਕੀ ਗੱਲ ਹੋ ਗਈ, ਪਾਕਿਸਤਾਨ ਕਿਉਂ ਜਾ ਰਹੇ ਹਾਂ, ਕੀ ਹੋ ਗਿਆ? ਉਹ ਕਹਿੰਦਾ ਜਵਾਹਰ ਹਿੰਦੁਸਤਾਨ ਜਵਾਹਰ ਲਾਲ ਨਹਿਰੂ ਹੀ ਨਹੀਂ ਹੈ, ਹਿੰਦੁਸਤਾਨ ਪਟੇਲ ਵੀ ਹੈ, ਸਰਦਾਰ ਪਟੇਲ। ਉਹ ਕਹਿੰਦਾ ਫਿਰ ਕੀ ਹੋ ਗਿਆ ਘਰੇ? ਕਹਿੰਦਾ ਮੈਂ ਤਾਂ ਬਸ ਇਹ ਸੋਚਿਆ ਸੀ ਵੀ ਜਾਂਦਾ ਜਾਂਦਾ ਇੱਕ ਆਖਰੀ ਪੈਗ ਜਵਾਹਰ ਨਾਲ ਪੀ ਕੇ ਜਾਵਾਂ। ਆ ਗਏ ਉਹਦੇ ਘਰੇ, ਬੈਠੇ ਦਾਰੂ ਪੀਂਦੇ ਨੇ। ਹੁਣ ਜਿਹੜੀ ਮੈਂ ਗੱਲ ਤੁਹਾਨੂੰ ਬੁਲੰਦੀ ਦੀ ਕਹੀ ਸੀ ਉਹ ਤੁਸੀਂ ਦੇਖੋ ਕਿ ਜਵਾਹਰ ਲਾਲ ਨਹਿਰੂ ਉਹਨੂੰ ਕਹਿ ਰਿਹਾ ਕਿ ਮੈਂ ਇੱਥੇ ਯਾਰ ਉਰਦੂ ਅਕਾਡਮੀ ਬਣਾ ਦਿੰਦਾ, ਤੈਨੂੰ ਲਾ ਦਿੰਦਾ ਉਹਦਾ ਹੈਡ, ਉੱਧਰ ਜਿਨਾਹ ਮੇਰਾ ਦੋਸਤ ਹੈ ਮੈਂ ਉਹਨੂੰ ਕਹਿ ਦਿੰਦਾ, ਇਹੋ ਜਿਹਾ ਕੁਛ ਉੱਧਰ ਕਰ ਦਿੰਦਾ, ਤੂੰ ਬੱਚਿਆਂ ਨੂੰ ਭੇਜ ਦੇ ਉੱਥੇ ਚਲੇ ਜਾਣ, ਤੂੰ 6 ਮਹੀਨੇ ਸਾਡੇ ਕੋਲ ਰਹਿ, 6 ਮਹੀਨੇ ਪਾਕਿਸਤਾਨ ਚਲੇ ਜਾਇਆ ਕਰ। ਉਹ ਕਹਿੰਦਾ ਨਹੀਂ ਯਾਰ ਮੈਂ ਨਹੀਂ। ਇੱਥੋਂ ਤੱਕ ਆ ਗਿਆ ਨਹਿਰੂ ਮਿੰਨਤਾਂ ਕਰਦਾ ਵੀ ਤੂੰ ਯਾਰ 1 ਮਹੀਨਾ ਇੱਥੇ ਰਹਿ, 11 ਮਹੀਨੇ ਉੱਥੇ ਰਹੀ ਜਾ ਭਰਜਾਈ ਕੋਲ, ਤੂੰ ਹਿੰਦੁਸਤਾਨ ਛੱਡ ਕੇ ਨਾ ਜਾ। ਉਹ ਕਹਿੰਦਾ ਵੀ ਮੈਂ ਜਾਣਾ। ਹੁਣ ਇਹ ਜਿਹੜੀ ਹੈ ਸ਼ਾਇਰ ਦੀ ਬੁਲੰਦੀ, ਅੱਜ ਕਿਹੜਾ ਸ਼ਾਇਰ ਹੈ ਸਾਡੇ ਕੋਲ ਇਸ ਤਰ੍ਹਾਂ ਦਾ? ਅਸੀਂ ਕਿੰਨੇ ਮਤਲਬ ਵਿਰਵੇ ਹੋ ਗਏ, ਤੇ ਹਿੰਦੁਸਤਾਨ ਦਾ ਮਾਹੌਲ ਵੀ ਇਹ ਕਿੱਥੇ ਹੈ, ਤੇ ਕਿੱਥੇ ਨੇ ਇਹੋ ਜਿਹੇ ਪ੍ਰਧਾਨ ਮੰਤਰੀ ਨੇ ਜਿਹੜੇ ਜਿਹੜੇ ਐਂ ਮਾਣ ਦਿੰਦੇ ਹੋਣ, ਜਿਹੜੇ ਇੰਨਾ ਪੜ੍ਹਦੇ ਹੋਣ। ਤੇ ਮੈਂ ਚਾਹੁੰਦਾ ਕਿ ਅਸੀਂ ਜਿਹੜਾ ਨਾ ਸਾਡੇ ਸਾਹਮਣੇ ਇਹ ਜੋਸ਼ ਮਲੀਹਾਬਾਦੀ ਹੋਣੀ, ਇਹੋ ਜਿਹੇ ਪੜ੍ਹਨ ਵਾਲੇ ਜਵਾਹਰ ਲਾਲ ਨਹਿਰੂ ਹੋਣੀ, ਬਹੁਤ ਵੱਡਾ ਲਿਖਣ ਵਾਲੇ, ਇਹ ਬੰਦਿਆਂ ਨੂੰ ਅਸੀਂ ਆਪਣੇ ਨਾਲ ਨਾਲ ਲੈ ਕੇ ਚੱਲਦੇ ਰਹੀਏ। ਇਹ ਗੱਲ ਮੈਨੂੰ ਸੁਰਿੰਦਰ ਸ਼ਰਮਾ ਜੀ ਨੇ ਸੁਣਾਈ ਸੀਗੀ, ਤੇ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਮੇਰੇ ਵੱਲੋਂ ਯਾਰ ਸਭਾ ਸ਼ੁਭ ਕਾਮਨਾਵਾਂ ਵੀ ਦੇਣੀਆਂ। ਤੇ ਉਹਨਾਂ ਨੇ ਮੈਨੂੰ ਇੱਕ ਗੱਲ, ਅਸੀਂ ਆਪਾਂ ਇੱਥੇ ਅਕਸਰ ਕਰਦੇ ਹਾਂ ਕਹਾਣੀਆਂ ਬਾਰੇ ਗੱਲ ਕਰਦੇ ਹੋਏ, ਕਿ ਇੱਕ ਜ਼ਾਕ ਉਹਨਾਂ ਦੇ ਨਾਂ ਲਾਉਂਦੇ ਸੀ, ਉਹ ਵੀ ਕਹਿੰਦੇ ਨੇ ਕਿ ਸ਼ੁੱਧ ਸੋਨੇ ਦਾ ਗਹਿਣਾ ਨਹੀਂ ਬਣਦਾ। ਸੁਣੀ ਆਪਾਂ ਬਹੁਤ ਵਾਰੀ ਗੱਲ ਇਹ ਕਰਦੇ ਹਾਂ, ਉਹਨੂੰ ਗਹਿਣਾ ਬਣਾਉਣ ਵਾਸਤੇ ਖੋਟ ਪਾਉਣਾ ਪੈਂਦਾ, ਤੇ ਉਹ ਕਿੰਨਾ ਪਾਉਣਾ ਕਿਵੇਂ। ਤੇ ਉਹਨਾਂ ਨੇ ਮੈਨੂੰ ਦੱਸਿਆ ਸੁਰਿੰਦਰ ਸ਼ਰਮਾ ਜੀ ਨੇ ਵੀ ਇਹ ਗੱਲ ਮੈਂ ਸਭ ਤੋਂ ਪਹਿਲਾਂ
ਬਾਪੂ ਕਰਨੈਲ ਸਿੰਘ ਪਾਰਸ ਦੇ ਮੂੰਹੋਂ ਸੁਣੀ ਵੀ ਉਹਨਾਂ ਦੇ ਪਿੰਡ ਗਏ ਸੀ ਉਹਨਾਂ ਨੂੰ ਮਿਲਣ। ਬਾਪੂ ਪਾਰਸ ਨੇ ਕਹੀ ਸੀ ਆਹ ਗੱਲ ਜਿਹੜੀ ਸੀਗੀ। ਤੇ ਪਾਰਸ ਦੀ ਗੱਲ ਕਰਦਿਆਂ ਮੈਨੂੰ ਗੁਰਭਜਨ ਗਿੱਲ ਹੋਣਾ ਨੇ ਜਦੋਂ ਉਹਨਾਂ ਨੂੰ ਦੱਸਿਆ ਵੀ ਆਹ ਗੱਲ ਬਾਪੂ ਪਾਰਸ ਦੀ ਆ, ਤੇ ਉਹਨਾਂ ਨੇ ਮੈਨੂੰ ਪਰਸੋਂ ਹੀ ਗੱਲ ਉਹਨਾਂ ਨੇ ਸੁਣਾਈ। ਉਹ ਕਹਿੰਦੇ ਵੀ ਆਪਾਂ ਜਿਹੜੇ ਨਹੀਂ ਜਾਣਦੇ ਮੈਂ ਦੱਸ ਦੇਵਾਂ ਕਿ ਪ੍ਰੀਤ ਲੜੀ ਤੇ ਕਦੇ ਪਾਬੰਦੀ ਲੱਗੀ ਹੋਈ ਸੀ। ਸਾਡੇ ਕੋਲ ਸਕੱਤਰ ਸਾਹਿਬ ਬੈਠੇ ਨੇ ਸ਼੍ਰੋਮਣੀ ਕਮੇਟੀ ਦੇ, ਕਿਉਂਕਿ ਗੁਰਬਖਸ਼ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਮ ਮਨੁੱਖ ਲਿਖਤਾ ਸੀਗਾ। ਉਹ ਪਾਬੰਦੀ ਸੀ ਤੇ ਉਹ ਸਿੱਖਾਂ ਦੇ ਵਿੱਚ ਜਾਂ ਗੁਰਦੁਆਰਿਆਂ 'ਚ ਪੜ੍ਹੀ ਨਹੀਂ ਸੀ ਜਾਂਦੀ। ਤੇ ਕਰਨੈਲ ਸਿੰਘ ਪਾਰਸ ਜਿਹੜਾ ਸੀਗਾ ਉਹ ਪ੍ਰੀਤ ਲੜੀ ਦਾ ਆਸ਼ਕ ਸੀ, ਪੜ੍ਹਨ ਵਾਲੇ ਬੰਦੇ। ਉਹਨੇ ਮੋਗੇ ਤੋਂ ਜਦੋਂ ਚੜ੍ਹਨਾ ਪਹਿਲਾਂ ਪ੍ਰੀਤ ਲੜੀ ਲੈ ਕੇ ਝੋਲੇ 'ਚ ਪਾਉਣੀ ਮਹੀਨੇ ਬਾਅਦ, ਤੇ ਤਖਤੂਪੁਰੇ ਨਾਲ ਵੀ ਉਹਦਾ ਬਹੁਤ ਸੀਗਾ, ਵੱਡਾ ਮੇਲਾ ਭਰਦਾ ਸੀ ਮਾਘੀ ਦਾ ਤਖਤੂਪੁਰੇ। ਤੇ ਉਹ ਇੱਕ ਦਿਨ ਜਦੋਂ ਤਖਤੂਪੁਰੇ ਨੂੰ ਜਾ ਰਹੇ ਨੇ ਉਹ ਮੇਲਾ ਲਾਉਣ ਵਾਸਤੇ, ਤੇ ਉਹ ਪ੍ਰੀਤ ਲੜੀ ਆਈ ਪਈ ਸੀ, ਚੱਕ ਕੇ ਆਪਦੇ ਝੋਲੇ 'ਚ ਪਾ ਲਈ, ਪਹੁੰਚ ਗਏ। ਉਹਨਾਂ ਤੇ ਹੁਣ ਕਮਿਸ਼ਨ ਲੱਗਦੇ ਬਹੁਤ ਸੀ, ਜਿਹੜਾ ਕੋਈ ਤੁਹਾਡੇ ਦੇ ਵਿੱਚੋਂ ਚੰਗਾ ਲਿਖਣ ਲੱਗ ਜੂਗਾ ਉਹਦਾ ਵਿਰੋਧ ਹੋਣਾ ਹੀ ਹੋਣਾ, ਇਹ ਸਮਝ ਲਿਓ। ਜੇ ਨਹੀਂ ਲਿਖਦੇ ਤੇ ਫਿਰ ਐਨ ਆਰਾਮ ਨਾਲ ਮਿੱਟੀ ਖਾਣੇ ਸੱਪ ਵਾਂਗੂ ਰਹੀ ਜਾਓ, ਕਿਸੇ ਨੇ ਨੀ ਪੁੱਛਣਾ, ਚੱਲੀ ਜਾਊ ਵਧੀਆ, ਐਨ ਸ਼ਾਬਾਸ਼ ਵੀ ਮਿਲੂ। ਉਹਦਾ ਹੁਣ ਉਹ ਬੰਦਾ ਸੀ ਕਰਨੈਲ ਸਿੰਘ ਪਾਰਸ ਨੂੰ ਅਸੀਂ ਸੁਣਦੇ ਬਹੁਤ ਘੱਟ ਹੈ, ਸੁਣਨਾ ਚਾਹੀਦਾ, ਉਹਦੀਆਂ ਕਵਿਤਾਵਾਂ ਵੀ ਪੜ੍ਹਨੀਆਂ ਚਾਹੀਦੀਆਂ। ਤੇ ਉਹ ਕਿਸੇ ਨੇ ਉਹਦੀ ਚੁਗਲੀ ਕਰਤੀ ਨਾਲ ਦੇ ਕਮਿਸ਼ਨਰ ਨੇ ਕਮੇਟੀ ਕੋਲੇ, ਸ਼੍ਰੋਮਣੀ ਕਮੇਟੀ ਵਾਲਾ ਨਹੀਂ ਸੀ ਉਦੋਂ, ਲੋਕਲ ਕਮੇਟੀ ਸੀ ਉੱਥੇ, ਤੇ ਉਹ ਭਾਈ ਉਹ ਇਕੱਠੀ ਹੋ ਗਈ ਕਮੇਟੀ। ਉਹ ਕਹਿੰਦਾ ਵੀ ਇਹਦੇ ਕੋਲ ਪ੍ਰੀਤ ਲੜੀ ਹੈ। ਉਹ ਕਹਿੰਦੇ ਲਿਆ, ਉਹਨਾਂ ਨੇ ਝੋਲਾ ਦੇਖਿਆ ਤੇ ਉਹ ਕਹਿੰਦਾ ਦੇਖਦੇ ਕੀ ਹੋ ਮੈਂ ਦਿੰਦਾ। ਕਹਿੰਦਾ ਜਦੋਂ ਮੈਂ ਕੱਢ ਕੇ, ਬਾਪੂ ਦੱਸ ਰਿਹਾ, ਕਹਿੰਦਾ ਜਦੋਂ ਮੈਂ ਕੱਢ ਕੇ ਉਹਨੂੰ ਫੜਾਈ ਪ੍ਰਧਾਨ ਨੂੰ, ਉਹਨੇ ਕਹਿੰਦਾ ਉਹ ਐਂ ਫੜੀ ਹੋਈ ਜਿਵੇਂ ਸਿਗਟਾਂ ਦੀ ਡੱਬੀ ਹੋਵੇ, ਪ੍ਰੀਤ ਲੜੀ ਐਂ ਕਰਕੇ ਫੜੀ ਹੋਈ। ਤੇ ਕਹਿੰਦਾ ਮੈਨੂੰ ਕਹਿੰਦੇ ਵੀ ਇਹ ਗਲਤ ਗੱਲ ਹੈ ਜੀ, ਇਹ ਤੁਹਾਨੂੰ ਫੈਸਲਾ ਲੈਣਾ ਪਊਗਾ ਵੀ ਜਾਂ ਤੁਸੀਂ ਇਹ ਪ੍ਰੀਤ ਲੜੀ ਛੱਡੋ ਜਾਂ ਫਿਰ ਤੁਸੀਂ ਤਖਤੂਪੁਰੇ ਆਉਣਾ ਛੱਡੋ। ਕਹਿੰਦਾ ਮੈਂ ਹੱਥ ਜੋੜ ਕੇ ਕਿਹਾ ਖਾਲਸਾ ਜੀ, ਮੈਂ ਤਖਤੂਪੁਰੇ ਆਉਣਾ ਛੱਡਿਆ। ਉਹ ਬੰਦਾ ਤੁਰ ਪਿਆ, ਉਹਨੂੰ ਭੱਜ ਕੇ ਮਨਾ ਕੇ, ਉਹ ਪਤਾ ਸੀ ਵੀ ਆਹ ਮੇਲਾ ਤਾਂ ਸਾਰਾ ਚਲੇ ਵਿਛੜ ਜਾਣਾ ਸਾਲਾ, ਇਹ ਤਾਂ ਜੇ ਪਤਾ ਲੱਗ ਗਿਆ ਵੀ ਚੱਲ ਰਾਮੂ ਵਾਲੀਆ ਹੈ ਨੀ, ਉਹ ਮਨਾ ਕੇ ਲੈ ਆਏ। ਉਹ ਤੂੰ ਐਂ ਕਰ ਲਿਆ ਕਰ ਬਾਬਾ, ਇਹਨੂੰ ਇੱਥੇ ਨਾ ਲੈ ਕੇ ਆਇਆ ਕਰ, ਘਰੇ ਪੜ੍ਹ ਲਿਆ ਕਰ, ਇੱਥੇ ਨਾ ਲਿਆ ਇੱਥੇ। ਇਹ ਇਹ ਜਿਹੜੀ ਮਤਲਬ ਹੈਟ ਹੈ ਨਾ, ਜੇ ਅਸੀਂ ਇਹ ਦੇਖ ਕੇ ਵੀ ਉੱਥੇ ਲਾਉਣਾ ਯਾਰ ਇਹ ਹਰ ਸਾਲ, ਫਿਰ ਮੈਨੂੰ ਇਹਨਾਂ ਨੇ ਬੁਲਾਇਆ ਨਹੀਂ ਕਰਨਾ। ਲੇਖਕਾਂ ਦੇ ਵਿੱਚ ਜਿਹੜੀ ਇਹ ਆਉਣੀ ਚਾਹੀਦੀ ਹੈ, ਇਹੋ ਜਿਹਾ ਮੈਂ ਚਾਹੁੰਦਾ ਸੀ ਇੱਕ ਦੋ ਗੱਲਾਂ ਇਹ ਸਾਂਝੀਆਂ ਕਰਨੀਆਂ। ਬਹੁਤ ਸਾਰੀਆਂ ਗੱਲਾਂ ਡਾਕਟਰ ਹਰਪਾਲ ਸਿੰਘ ਪੰਨੂ ਹੋਣਾ ਨੇ ਦੱਸੀਆਂ ਨੇ, ਉਹ ਫਿਰ ਕਿਉਂਕਿ ਸਾਡੇ ਕੋਲ ਅੱਜ ਕਹਾਣੀਆਂ ਨੇ ਬਹੁਤ ਸਾਰੀਆਂ, ਇਹ ਇਹਨੂੰ ਜੇ ਤੁਹਾਨੂੰ ਠੀਕ ਲੱਗੇ ਤਾਂ ਆਪਾਂ ਕੰਟੀਨਿਊ ਰੱਖੀਏ। ਔਰ ਸਿਰਫ ਮੈਂ ਹੀ ਨਾ ਦੱਸਾਂ, ਕਿ ਤੁਹਾਨੂੰ ਪਤਾ ਤਾਂ ਲੱਗਣੀਆਂ ਨੇ ਜੇ ਤੁਸੀਂ ਪੜ੍ਹੋਗੇ ਤੇ ਗੱਲਾਂ ਕਰੋਗੇ ਕਿਸੇ ਚੰਗੇ ਲੇਖਕਾਂ ਨਾਲ, ਤੇ ਤੁਸੀਂ ਵੀ ਲਿਆਓ ਇਹਦੇ ਇਸ ਲੜੀ ਦੇ ਵਿੱਚ ਆਪਾਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਕਰਦੇ ਰਹੀਏ।